ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਸਰਕਾਰ ਵੱਲੋਂ ਇਹਨਾਂ ਲੋਕਾਂ ਦੇ ਖਾਤਿਆਂ ਵਿੱਚ ਪੈਨਸ਼ਨਾਂ ਪਾ ਦਿੱਤੀਆਂ ਗਿਆ ਹਨ ਜੀ ਕਿੰਨੀ ਪੈਨਸ਼ਨ ਆਈ ਹੈ ਜੀ ਮਾਰਚ ਮਹੀਨੇ ਦੀ ਪੈਨਸ਼ਨ ਤੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੀ ਕਿਹਨਾਂ ਜ਼ਿਲ੍ਹਿਆਂ ਵਿੱਚ ਜਿਹੜੀਆਂ ਪੈਨਸ਼ਨਾਂ ਉਹ ਪਾ ਦਿੱਤੀਆਂ ਗਿਆ ਅਤੇ ਕਿਹੜੇ ਜਿਲ੍ਹਿਆਂ ਵਿੱਚ ਰਹਿ ਗਈਆਂ ਜੀ ਸਾਰੀ ਡਿਟੇਲ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੀ ਗੱਲ ਕਰੀਏ ਅੰਮ੍ਰਿਤਸਰ ਪਠਾਨਕੋਟ ਜਲੰਧਰ ਲੁਧਿਆਣਾ ਵਿੱਚ ਜਿਹੜੀਆਂ ਪੈਨਸ਼ਨਾਂ ਲੋਕਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਗਈ ਹੈ ਜੀ ਤੇ ਇਸ ਵਾਰ ਮਾਰਚ ਮਹੀਨੇ ਜਿਹੜੀ ਪੈਨਸ਼ਨਾਂ ਜੀ ਉਹ 1500 ਰੁਪਏ ਪੈਨਸ਼ਨ ਹੀ ਪਾਈ ਇਸ ਦਾ ਜਲਦੀ ਹੀ ਕੋਈ ਨਾ ਕੋਈ ਐਕਸ਼ਨ ਲੈਣ ਵਾਲੀ ਹੈ ਕਿਉਂਕਿ ਪਿਛਲੇ ਕੇ ਚੇਤ ਤੋਂ ਜਿਹੜੀ ਆ ਉਹ ਇਸ ਤੇ ਰਿਕਾਰਡਿੰਗ ਮੀਟਿੰਗਾਂ ਕਰ ਰਹੀ ਸੀ ਜੀ ਬੁਢਾਪਾ ਪੈਨਸ਼ਨ ਨੂੰ ਲੈ ਕੇ ਕਾਫੀ ਚੇਤ ਤੋਂ ਮੰਤਰੀ ਮੰਡਲ ਦੇ ਵਿੱਚ ਮੈਡੀਕਲ ਕੀਤੀ ਜਾ ਰਹੀ ਸੀ ਜਿਸ ਤੇ ਚੱਲਦੇ 31 ਮਾਰਚ ਤੱਕ ਜਿਹੜਾ ਬਜਟ ਚੱਲਣਾ ਹੈ ਜੀ ਬਜਟ ਦੇ ਵਿੱਚ ਹੋ ਸਕਦਾ ਹੈ ਇਸ ਦਾ ਐਲਾਨ ਕੀਤਾ ਜਾਵੇ ਤਾਂ ਜੋ ਪੈਨਸ਼ਨ ਨੂੰ 1500 ਤੋਂ ਵਧਾ ਕੇ 2500 ਕਰ ਦਿੱਤੇ ਜਾਵੇ ਇਸ ਦੀ ਜਦੋਂ ਵੀ ਕੋਈ ਵੀ ਨਵੀਂ ਅਪਡੇਟ ਜਾਂ ਇਸ ਨੂੰ ਅਪਲਾਈ ਕਰਨ ਦਾ ਕੀ ਪ੍ਰੋਸੈਸ ਹੋਏਗਾ ਸਾਰੀ ਕੁਝ ਤੁਹਾਨੂੰ ਇਸੇ ਚੈਨਲ ਉੱਤੇ ਅਪਡੇਟ ਕਰਵਾ ਦਿੱਤਾ ਜਾਵੇਗਾ ਪਰ ਉਸ ਲਈ ਤੁਹਾਨੂੰ ਚੈਨਲ ਨੂੰ ਜ਼ਰੂਰ ਤੋਂ ਸਬਸਕ੍ਰਾਈਬ ਕਰਨਾ ਚਾਹੀਦਾ ਜੀ ਇਹ ਜਾਣਕਾਰੀ ਸੀ ਜੇ ਨਾ ਨਾ ਸਾਂਝੀ ਕਰਨੀ ਸੀ ਜੀ ਮਿਲਦੇ ਆ ਨਵੀਂ ਹੋਰ ਅਪਡੇਟ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ